ਖਬਰ ਫਿਰੋਜ਼ਪੁਰ ਤੋਂ। ਫਿਰੋਜ਼ਪੁਰ 'ਚ ਜਿੱਥੇ ਇੱਕ ਤਰਫ ਪੁਲਿਸ ਸੁਰੱਖਿਆ ਦੇ ਵੱਡੇ ਵੱਡੇ ਦਾਅਵੇ ਕਰ ਰਹੀ ਹੈ, ਉੱਥੇ ਹੀ ਫਿਰੋਜ਼ਪੁਰ 'ਚ ਲੁੱਟ ਦੀ ਵਾਰਦਾਤਾਂ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ। ਹੁਣ ਤਾਂ ਬਜ਼ੁਰਗਾਂ ਦਾ ਘਰੋਂ ਨਿਕਲਣਾ ਵੀ ਮੁਸ਼ਕਲ ਹੋ ਗਿਆ। ਇਹ ਤਾਜ਼ਾ ਘਟਨਾ ਦੀ CCTV ਫੁਟੇਜ ਤੁਸੀਂ ਸਕਰੀਨ 'ਤੇ ਦੇਖ ਰਹੇ ਹੋ, ਕਿਸ ਤਰ੍ਹਾਂ ਬਜ਼ੁਰਗ ਜੋੜਾ ਆਪਣੀ ਕਾਰ ਦੇ ਕੋਲ ਖੜਿਆ। ਇੰਨੇ ਵਿੱਚ ਦੋ ਬੇਖੌਫ ਨੌਜਵਾਨ, ਜਿਨ੍ਹਾਂ ਨੂੰ ਕਿਸੇ ਦਾ ਕੋਈ ਡਰ ਨਹੀਂ, ਉਹ ਬਜ਼ੁਰਗ ਮਹਿਲਾ 'ਤੇ ਝਪੱਟਾ ਮਾਰਦੇ ਨੇ ਅਤੇ ਉਹਦਾ ਦੁਪੱਟਾ ਲੈ ਕੇ ਭੱਜ ਜਾਂਦੇ ਨੇ। ਔਰ ਬਜ਼ੁਰਗ ਮਹਿਲਾ ਕਿਸ ਤਰ੍ਹਾਂ ਜ਼ਮੀਨ 'ਤੇ ਡਿੱਗ ਜਾਂਦੀ ਹੈ, ਤੁਸੀਂ ਵੇਖ ਸਕਦੇ ਹੋ। ਬਜ਼ੁਰਗ ਜੋੜਾ ਕਿਸ ਤਰ੍ਹਾਂ ਆਵਾਜ਼ਾਂ ਮਾਰ ਰਿਹਾ, ਉਹਨਾਂ ਨਾਲ ਕੀ ਵਾਪਰਿਆ, ਕੀ ਸੀ ਗੁਨਾਹ ਇਹਨਾਂ ਦਾ। ਸੜਕ 'ਤੇ ਖੜ੍ਹੇ ਆਪਣੀ ਕਾਰ ਕੋਲ ਬਹਿ ਰਹੇ ਸੀ ਇੰਨੇ ਬੇਖੌਫ ਇਹ ਨੌਜਵਾਨ, ਜਿਨ੍ਹਾਂ ਨੂੰ ਕਿਸੇ ਦਾ ਡਰ ਨਹੀਂ, ਪ੍ਰਸ਼ਾਸਨ ਦਾ ਵੀ ਖੌਫ ਨਹੀਂ। ਤੁਸੀਂ ਇਹ ਵੀਡੀਓ ਦੇਖੀ ਤਾਂ ਆਪਣੇ ਕਮੈਂਟ ਸਾਨੂੰ ਕਮੈਂਟ ਬਾਕਸ ਦੇ ਵਿੱਚ ਦਿਓ, ਕਿਸ ਤਰ੍ਹਾਂ ਇਹਨਾਂ ਬੇਖੌਫ ਨੌਜਵਾਨਾਂ ਤੋਂ ਸਾਨੂੰ ਨਿਜ਼ਾਤ ਮਿਲੇਗੀ। ਜਿਹੜੇ ਇਹ ਲੁਟੇਰੇ ਸਰੇ ਆਮ ਬਜ਼ੁਰਗਾਂ ਨੂੰ, ਕੁੜੀਆਂ ਨੂੰ, ਧੀਆਂ ਨੂੰ ਲੁੱਟਦੇ ਨੇ। ਘਰ ਤੋਂ ਨਿਕਲਣ ਤੋਂ ਪਹਿਲਾਂ ਹੋ ਜਾਓ ਸੁਚੇਤ, ਆਲੇ ਦੁਆਲੇ ਦੇਖੋ, ਆਪਣੇ ਸਮਾਨ ਦਾ ਰੱਖੋ ਧਿਆਨ।